ਗਰੀਬ ਮਜ਼ਦੂਰ ਦੇ ਨਾਲ ਬੇਰਹਿਮੀ ਨਾਲ ਹੋ ਰਹੀ ਕੁੱਟਮਾਰ ਦੀ ਇਹ ਵੀਡੀਓ ਮੁਕਤਸਰ ਸਾਹਿਬ ਦੇ ਪਿੰਡ ਸੰਘੂ ਧੌਣ ਦੀ ਦੱਸੀ ਜਾ ਰਹੀ ਹੈ। ਇਲਜ਼ਾਮ ਨੇ ਕਿ ਇੱਕ ਮਜ਼ਦੂਰ ਵੱਲੋਂ ਪੰਚਾਇਤੀ ਜ਼ਮੀਨ ਤੇ ਝੁੱਗੀ ਬਣਾ ਕੇ ਰਹਿਣਾ ਇਸ ਜ਼ਿਮੀਦਾਰ ਨੂੰ ਮਨਜ਼ੂਰ ਨਹੀਂ ਸੀ। ਫਿਰ ਕੀ ਸੀ, ਜ਼ਿਮੀਦਾਰ ਆਪਣੇ ਖੂੰਖਾਰ ਪਾਲਤੂ ਕੁੱਤੇ ਨੂੰ ਲੈ ਕੇ ਪਹੁੰਚ ਗਿਆ ਇਸ ਵਿਅਕਤੀ ਦੀ ਕੁੱਟਮਾਰ ਕਰ। ਇਸ ਕੁੱਟਮਾਰ ਦਾ ਸ਼ਿਕਾਰ ਹੋਏ ਹਰਪਾਲ ਸਿੰਘ ਮੁਤਾਬਕ ਉਹਨਾਂ ਨੇ ਨਾ ਸਿਰਫ ਉਸਦੇ ਨਾਲ ਕੁੱਟਮਾਰ ਕੀਤੀ ਬਲਕਿ ਉਸਨੂੰ ਕੁੱਤੇ ਤੋਂ ਵੀ ਵਡਵਾਇਆ ਅਤੇ ਵੀਡੀਓ ਬਣਾ ਰਹੀ ਔਰਤ ਦੇ ਕੱਪੜੇ ਤੱਕ ਫਾੜ ਕੇ ਉਸਦੇ ਨਾਲ ਬਦਤਮੀਜ਼ੀ ਕੀਤੀ ਗਈ। ਜੋ ਸ਼ਮਿੰਦਰਪਾਲ ਸਿੰਘ ਹੋਣੀ ਹੈ ਜੀ, ਸ਼ਮਿੰਦਰਪਾਲ ਸਿੰਘ ਹੋਣੀ ਹੈ, ਉਹਨਾਂ ਦਾ ਪਿਤਾ ਨਾਂ ਅਮਰਜੀਤ ਸਿੰਘ। ਮੈਂ ਕੁਛ ਦਿਨਾਂ ਤੋਂ ਆਪਦੇ ਰਿਸ਼ਤੇਦਾਰਾਂ ਦੇ ਕੋਲ ਰਹਿ ਰਿਹਾ। ਕਿਹੜੀ ਜਗ੍ਹਾ ਜੀ? ਪਿੰਡ ਸੰਘੂ ਧੌਣ। ਇਹ ਪੰਚਾਇਤੀ ਜਗ੍ਹਾ ਦੇ ਵਿੱਚ ਮੇਰੇ ਰਿਸ਼ਤੇਦਾਰ ਜੋ ਕਿ ਪਲਾਟਾਂ ਦੇ ਵਿੱਚ ਰਹਿ ਰਹੇ ਆ, ਮੈਂ ਉਹਨਾਂ ਕੋਲ ਪਿਛਲੇ ਦਿਨਾਂ ਤੋਂ ਕੁਛ ਦਿਨਾਂ ਤੋਂ ਰਹਿ ਰਿਹਾ ਸੀਗਾ। ਜੋ ਸ਼ਮਿੰਦਰਪਾਲ ਸਿੰਘ ਪਿੰਡ ਸੰਘੂ ਧੌਣ ਦੇ ਰਹਿਣ ਵਾਲਾ ਹੈ, ਇਹਨਾਂ ਨੇ ਕੱਲ੍ਹ ਆ ਕੇ ਸਾਡੇ 'ਤੇ ਹਮਲਾ ਬੋਲਿਆ ਜੀ। ਇਹਨਾਂ ਨੇ ਕੁੱਤਾ ਛੱਡਿਆ ਸ਼ਮਿੰਦਰਪਾਲਕਿਆਂ ਨੇ, ਉਹਨਾਂ ਨੇ ਸ਼ਮਿੰਦਰਪਾਲਕਿਆਂ ਨੇ ਕਾਪੇ ਲਿਆ ਕੇ ਸਾਡੇ 'ਤੇ ਵਾਰ ਕੀਤਾ ਜੀ। ਸਰ ਕਿੰਨੇ ਬੰਦੇ ਸੀ ਤੁਹਾਡੇ 'ਤੇ ਹਮਲਾ ਕਰਨ ਵਾਲੇ? ਇਹ ਸਰ 4 ਬੰਦੇ ਸੀਗੇ ਜੀ, ਸ਼ਮਿੰਦਰਪਾਲ ਸਿੰਘ, ਇਹਨਾਂ ਦਾ ਇੱਕ ਲੜਕਾ ਜੀ ਸ਼ਮਿੰਦਰਪਾਲ ਦਾ ਜੀ, ਇੱਕ ਬੂਟਾ ਸਿੰਘ, ਅਤੇ ਇੱਕ ਇਹਨਾਂ ਦਾ ਪਿਤਾ ਸੀਗਾ ਜਿਹੜਾ। ਇੱਕ ਲੇਡੀ ਹੈ ਜੀ ਦਾਖਲ ਹੋਈ ਜੋ ਕਿ ਵੀਡੀਓ ਬਣਾ ਰਹੀ ਸੀਗੀ, ਜਦੋਂ ਮੇਰੇ ਨਾਲ ਕੁੱਟਮਾਰ ਹੋ ਰਹੀ ਆ ਵੀਡੀਓ ਬਣਾ ਰਹੀ ਹੈ ਜੀ। ਇਹਨਾਂ ਨੇ ਮੋਬਾਈਲ ਪਾਲਿਆ ਗਲਮੇ 'ਚ, ਇਹਨਾਂ ਦੇ ਗਲਮੇ ਦੇ ਵਿੱਚ ਹੱਥ ਪਾ ਕੇ ਜੋ ਬੂਟਾ ਸਿੰਘ ਆ ਉਹਨਾਂ ਨੇ ਪਿੱਛੋਂ ਇਹਨਾਂ ਦੀਆਂ ਬਾਹਾਂ ਫੜੀਆਂ ਜੀ, ਅਤੇ ਇਹਨਾਂ ਦੇ ਜਿਹੜਾ ਅਮਰਜੀਤ ਦਾ ਮੁੰਡਾ ਸ਼ਮਿੰਦਰਪਾਲ ਦਾ, ਉਹਨੇ ਆ ਕੇ ਮੋਬਾਈਲ ਖਿੱਚਿਆ ਅਤੇ ਇਹਦੇ ਗਲਮੇ 'ਚੋਂ ਹੱਥ ਪਾ ਕੇ ਮੋਬਾਈਲ ਕੱਢਣ ਦੀ ਕੋਸ਼ਿਸ਼ ਕੀਤੀ। ਉਦੋਂ ਬਣਾਈ ਜਾਂਦੇ ਸੀਗੇ ਜੀ ਜਦੋਂ, ਪਰ ਅਸੀਂ ਸਾਡੀ ਜਿਹੜੀ ਇਹਨਾਂ ਨਾਲ ਜੱਟਾਂ ਨਾਲ ਕੋਈ ਰੰਜਿਸ਼ ਇਹਨਾਂ ਦਾ ਕੋਈ ਉੱਥੇ ਲੈਣ ਨਹੀਂ ਦੇਣ ਨਹੀਂ ਜੀ, ਪਰ ਅਸੀਂ ਸਰਕਾਰ ਤੋਂ ਰਿਕੁਐਸਟ ਕਰਦੇ ਹਾਂ ਵੀ ਜਿਹੜਾ ਇਹਨਾਂ ਤੋਂ ਸਾਨੂੰ ਸ਼ਮਾਏਦਾਰਾਂ ਤੋਂ ਇਹ ਲੜਾਈ ਅਤੇ ਪੜ੍ਹਾਈ ਤੋਂ ਬਚਾਇਆ ਜਾਵੇ। ਸਾਨੂੰ ਇਹਨਾਂ ਤੋਂ ਖਤਰਾ ਥਾਣਾ ਸਦਰ ਦੇ ਵਿੱਚ, ਅੱਜ ਅਸੀਂ ਪਿਛਲੇ 15 ਦਿਨਾਂ ਤੋਂ ਦਰਖਾਸਤਾਂ ਦੇ ਰਹੇ ਹਾਂ। ਅਸੀਂ 45 ਬੰਦਿਆਂ ਦੇ ਸੈਨ ਕਰਾ ਕੇ 4-5 ਦਿਨ ਹੋ ਗਏ ਆ, ਉਹਦੇ SHO ਸਾਹਿਬ ਨੂੰ ਮਿਲ ਕੇ SHO ਸਾਹਿਬ ਨੇ ਮਾਰਕ ਕੀਤੀ ਆ, 15-20 ਬੰਦੇ ਅਸੀਂ ਮਿਲੇ ਹਾਂ। ਅਸੀਂ ਦਰਖਾਸਤ ਦਿੱਤੀ ਆ ਵੀ ਸਾਨੂੰ ਇਹਨਾਂ ਬੰਦਿਆਂ ਤੋਂ ਖਤਰਾ, ਇਹ ਸਾਡਾ ਰਾਹ ਘੇਰਦੇ ਆ ਬੰਦੇ, ਪਰ SHO ਸਾਹਿਬ ਨੇ ਕੋਈ ਸਾਡੀ ਸੁਣਵਾਈ ਨਹੀਂ ਕੀਤੀ। ਅਸੀਂ ਸਰਕਾਰ ਨੂੰ ਰਿਕੁਐਸਟ ਕਰਦੇ ਹਾਂ ਵੀ ਜਲਦੀ ਤੋਂ ਜਲਦੀ ਇਹ ਜਿਹੜੇ ਪਲਾਟ ਹੈ ਗਰੀਬਾਂ ਨੂੰ ਕੱਟ ਕੇ ਦਿੱਤੇ ਜਾਣ ਅਤੇ ਸਾਨੂੰ ਇਹਨਾਂ ਜਿਹੜੇ ਸ਼ਮਾਏਦਾਰ ਆ ਇਹਨਾਂ ਤੋਂ ਬਚਾਇਆ ਜਾਵੇ। ਨਾਮ ਸੀਮਾ ਰਾਣੀ ਹੈ, ਸੰਘੂ ਧੌਣ ਦੇ ਰਹਿਣ ਵਾਲੇ ਹਾਂ। ਸੱਟਾਂ ਕਿਵੇਂ ਲੱਗੀਆਂ ਤੁਹਾਡੇ? ਸੱਟਾਂ ਜਿਵੇਂ ਵੀਡੀਓ ਬਣਾ ਰਹੀ ਸੀ, ਵੀਡੀਓ ਬਣਾ ਰਹੀ ਸੀ, ਉਹਨਾਂ ਨੇ ਜਦੋਂ ਆ ਕੇ ਪਿੱਛੋਂ ਅੱਗ ਫੜਿਆ, ਕਹਿੰਦੇ ਤੂੰ ਕਿਉਂ ਵੀਡੀਓ? ਜਸ਼ਪਿੰਦਰਪਾਲ ਨੇ, ਬੁੱਟੇ ਨੇ, ਜੈਲ ਨੇ ਅਤੇ ਯਾਦਵਿੰਦਰ ਨੇ, ਇਹਨਾਂ ਨੇ ਜਦੋਂ ਫੜਿਆ ਉਹਨਾਂ ਨੇ ਮੇਰੇ ਕੱਪੜੇ ਕੁੱਪੜੇ ਪਾੜੇ ਆ। ਉਹਨਾਂ ਮੈਂ ਮੋਬਾਈਲ ਲੁਕੋਇਆ ਵੀ ਤਾਂ ਮੈਂ ਮੋਬਾਈਲ ਪਾ ਵੀ ਲਿੱਤਾ, ਉਹਨਾਂ ਨੇ ਕੱਪੜੇ ਪਾੜ ਕੇ ਉਹਨਾਂ ਨੇ ਮੋਬਾਈਲ ਕੱਢਣ ਦੀ ਵੀ ਕੋਸ਼ਿਸ਼ ਕੀਤੀ, ਉਹਨਾਂ ਨੇ ਸਾਰੇ ਕੱਪੜੇ ਪਾੜਤੇ ਸੀਗੇ ਮੇਰੇ। ਇਸ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਪੁਲਿਸ ਨੇ ਦੋਸ਼ੀਆਂ ਦੇ ਖਿਲਾਫ਼ ਮਾਮਲਾ ਦਰਜ ਕਰਕੇ ਕਾਰਵਾਈ ਦੀ ਗੱਲ ਕਹੀ ਹੈ। ਪੁਲਿਸ ਮੁਤਾਬਕ ਉਹਨਾਂ ਵੱਲੋਂ ਇੱਕ ਵਿਅਕਤੀ ਦੀ ਗ੍ਰਿਫਤਾਰੀ ਵੀ ਕਰ ਲਈ ਗਈ ਹੈ। ਪਿੰਡ ਦੇ ਵਿੱਚ ਐਸੀ ਭਾਈਚਾਰੇ ਦੇ ਕੁਛ ਲੋਕਾਂ ਨੇ ਪੰਚਾਇਤੀ ਜ਼ਮੀਨ ਦੇ ਵਿੱਚ ਉੱਥੇ ਆਪਦੇ ਜਿਹਨਾਂ ਦੇ ਕੋਈ ਬੇਘਰੇ ਸੀਗੇ ਉਹਨਾਂ ਨੇ ਉੱਥੇ
ਕੇ ਤੰਬੂ ਲਾਏ ਸੀਗੇ ਜੀ। ਉਹ ਪੰਚਾਇਤ ਦੇ ਵਾਲੇ ਜਿਹੜੇ ਅਤੇ ਪਿੰਡ ਵਾਲੇ ਜਿਹੜੇ ਉਹਨਾਂ ਨੂੰ ਰੋਕਦੇ ਸੀਗੇ ਅਤੇ ਉਹਨਾਂ ਕੱਲ੍ਹ ਉਹਨਾਂ ਨੂੰ ਧੱਕੇ ਨਾਲ ਉੱਥੋਂ ਬਾਹਰ ਕੱਢਦੇ ਸੀਗੇ ਪਿੰਡ ਦੇ ਕੁਛ ਲੋਕ ਜੀ। ਇਹਦੇ ਉੱਤੇ ਉੱਥੇ ਉਹਨਾਂ ਦਾ ਤਕਰਾਰ ਹੋਇਆ, ਲੜਾਈ ਝਗੜਾ ਹੋਇਆ। ਇਹਦੇ ਵਿੱਚ ਇੱਕ ਹਰਪਾਲ ਸਿੰਘ ਅਤੇ ਇੱਕ ਸੀਮਾ ਰਾਣੀ ਸਿਵਲ ਹਸਪਤਾਲ ਦੇ ਵਿੱਚ ਦਾਖਲ ਹੋਈ ਸੀ ਸੱਟਾਂ ਲੱਗਣ ਕਰਕੇ। ਹਰਪਾਲ ਸਿੰਘ ਦੇ ਬਿਆਨ ਦੇ ਉੱਤੇ ਅਸੀਂ ਬਿਆਨ ਲਿਖ ਕੇ ਮੁਕੱਦਮਾ ਨੰਬਰ 114 2019 ਅਧੀਨ ਧਾਰਾ 354 323 324 IPC 3/4 SC/ST ਐਕਟ ਥਾਣਾ ਸਦਰ ਸ੍ਰੀ ਮੁਕਤਸਰ ਸਾਹਿਬ ਦਰਜ ਕਰਕੇ ਜਿਹੜੀ SC ਐਕਟ ਹੋਣ ਕਰਕੇ ਅਗਲੀ ਤਰਤੀ ਜਿਹੜੀ ਹੈ ਸਾਡੇ DSPD ਕਰ ਰਹੇ ਨੇ। ਇਹਦੇ ਵਿੱਚ ਅਸੀਂ ਇਹਦੇ ਵਿੱਚ ਇੱਕ ਬੰਦਾ ਜਿਹੜਾ ਹੈਗਾ ਅਮਰਜੀਤ ਸਿੰਘ ਉਹਨੂੰ ਗ੍ਰਿਫਤਾਰ ਕਰਕੇ ਪੇਸ਼ ਅਦਾਲਤ ਕੀਤਾ ਜਾਵੇ। ਮੁਕੱਦਮੇ ਦੀ ਅਗਲੀ ਤਰਤੀ ਚੱਲ ਰਹੀ ਹੈ। ਪੁਲਿਸ ਇਸ ਮਾਮਲੇ ਵਿੱਚ ਗ੍ਰਿਫਤਾਰੀ ਤੋਂ ਬਾਅਦ ਜਿੱਥੇ ਆਪਣੀ ਪਿੱਠ ਥਾਪੜ ਰਹੀ ਹੈ ਉੱਥੇ ਹੀ ਦੂਜੇ ਪਾਸੇ ਪੀੜਤ ਹਰਪਾਲ ਸਿੰਘ ਨੇ ਪੁਲਿਸ ਦੀ ਕਾਰਗੁਜ਼ਾਰੀ ਤੇ ਵੀ ਕਈ ਗੰਭੀਰ ਸਵਾਲ ਚੁੱਕੇ ਨੇ। ਬਹਿਰਹਾਲ ਮੁਕਤਸਰ ਸਾਹਿਬ ਵਿੱਚ ਸ਼ਰੇਆਮ ਗੁੰਡਾਗਰਦੀ ਦੀ ਇਹ ਕੋਈ ਪਹਿਲੀ ਘਟਨਾ ਨਹੀਂ ਹੈ। ਇਸ ਤੋਂ ਪਹਿਲਾਂ ਇੱਕ ਔਰਤ ਦੇ ਨਾਲ ਬੇਰਹਿਮੀ ਨਾਲ ਕੁੱਟਮਾਰ ਹੋਈ ਸੀ। ਇਹਨਾਂ ਘਟਨਾਵਾਂ ਤੋਂ ਪੁਲਿਸ ਦੀ ਕਾਰਗੁਜ਼ਾਰੀ ਤੇ ਕਈ ਸਵਾਲੀਆ ਨਿਸ਼ਾਨ ਲੱਗਦੇ ਨਜ਼ਰ ਆ ਰਹੇ ਨੇ। ਸ੍ਰੀ ਮੁਕਤਸਰ ਸਾਹਿਬ ਤੋਂ ਇਸ ਸ਼ਾਂਤੀ ਦੀ ਰਿਪੋਰਟ, ਡੇਲੀ ਪੋਸਟ, ਪੰਜਾਬੀ। ਪਿਰਾਮਿਡ ਦੇ ਸੁਪਰ ਕੈਨੇਡੀਅਨ ਸਿੱਖਿਆ ਮੇਲੇ 'ਚ ਆਓ, ਚੋਟੀ ਦੇ ਕਾਲਜਾਂ ਅਤੇ ਯੂਨੀਵਰਸਿਟੀਆਂ ਦੇ ਅਧਿਕਾਰੀਆਂ ਨੂੰ ਮਿਲੋ, ਮੌਕੇ ਤੇ ਹੀ ਆਫਰ ਲੈਟਰ ਪਾਓ ਅਤੇ ਸਕਾਲਰਸ਼ਿਪ ਦੇ ਨਾਲ ਉਡਾਨ ਭਰੋ। At Pyramid, the only thing that inspires us the most is our customer, and we are totally committed to the success of our students and customers. Pyramid ਦੇ ਸੁਪਰ ਕੈਨੇਡੀਅਨ ਸਿੱਖਿਆ ਮੇਲੇ 'ਚ ਰਜਿਸਟਰ ਕਰੋ ਅਤੇ ਇੱਕ ਵਧੀਆ ਭਵਿੱਖ ਵੱਲ ਆਪਣਾ ਪਹਿਲਾ ਕਦਮ ਚੁੱਕੋ। Pyramid ਵੀਜ਼ਾ, ਇੱਕ ਵਧੀਆ ਜ਼ਿੰਦਗੀ ਲਈ।